ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਮੱਧ ਭਾਗੀ ਖਬਰ ਤੋਂ ਅਮਰੀਕਾ ਵਿੱਚ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦੀ ਸ਼ੱਕੀ ਹਾਲਾਤ ਚ ਹੋਈ ਮੌਤ ਆਏ ਦਿਨ ਅਮਰੀਕਾ ਤੋਂ ਪੰਜਾਬੀ ਭਾਈਚਾਰੇ ਲਈ ਮੰਦਪਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਜੇ ਟਰੱਕ ਡਰਾਈਵਰ ਪਰਮਜੀਤ ਸਿੰਘ ਦੀ ਐਕਸੀਡੈਂਟ ਚ ਹੋਈ ਮੌਤ ਦੀ ਸਿਆਹੀ ਨਹੀਂ ਸੀ ਮੁੱਕੀ ਕਿ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਬਚਿੱਤਰ ਸਿੰਘ ਦੀ ਭੇਦਭਰੀ ਹਾਲਤ ਚ ਹੋਈ ਮੌਤ ਨੇ ਫਿਰ ਜਿੰਨੋ ਦੇ ਪੰਜਾਬੀ ਭਾਈਚਾਰੇ ਦੇ ਅੰਦਰ ਸਨਸਣੀ ਫੈਲਾ ਦਿੱਤੀ ਹੈ ਮੁਤਾਬਕ ਮਿਲੀ ਜਾਣਕਾਰੀ ਦੇ ਬਚੱਤਰ ਸਿੰਘ ਉਮਰ 23 ਸਾਲ ਤਿੰਨ ਕੁ ਸਾਲ ਪਹਿਲਾਂ ਅਮਰੀਕਾ ਆਇਆ ਸੀ ਤੇ ਬਹੁਤ ਹੀ ਸਾਊ ਸੁਭਾਅ ਦਾ ਗੱਭਰੂ ਸੀ ਫਰਜਿਨੋ ਵਿੱਚ ਰਹਿ ਕੇ ਆਪਣੇ ਸੁਪਨੇ ਸਕਾਰ ਕਰਨ ਦੇ ਲਈ ਟਰੱਕ ਚਲਾ ਰਿਹਾ ਸੀ ਕੁਝ ਦਿਨ ਪਹਿਲਾਂ ਉਹ ਟਰੱਕ ਲੈ ਕੇ ਲਾਸ ਐਂਜਲਸ ਤੋਂ ਫਰਜਿਨੋ ਚ ਸਵੇਰੇ 5 ਕੁ ਵਜੇ ਟਰੱਕ ਯਾਰਡ ਪਹੁੰਚਿਆ ਜਦੋਂ ਸ਼ਾਮ ਘਰ ਨਹੀਂ ਪਹੁੰਚਿਆ ਉਸਦੇ ਯਾਰਾ ਮਿੱਤਰਾਂ ਨੇ ਫੋਨ ਐਪ ਜਰੀ ਉਸਦੀ ਲੋਕੇਸ਼ਨ ਟਰੈਕ ਕੀਤੀ ਲੋਕੇਸ਼ਨ ਟਰੱਕ ਯਾਰਡ ਦੇ ਸੀ ਜਿੱਥੇ ਪਹੁੰਚ ਕੇ ਉਹਨਾਂ ਟਰੱਕ ਵਾਲੀ ਸਾਈਡ ਦਾ ਸ਼ੀਸ਼ਾ ਭੰਨ ਕੇ ਟਰੱਕ ਤੂ ਪਰਨੇ ਦੇ ਨਾਲ ਲਟਕਦੀ ਬਚਤਰ ਸਿੰਘ ਦੀ ਲਾਸ਼ ਬਰਾਮਦ ਕੀਤੀ ਪੁਲਿਸ ਨੇ ਲਾਸ਼ ਨੂੰ ਮੌਕੇ ਤੇ ਆ ਕੇ ਕਬਜੇ ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਕਿਸਾਨਾਂ ਦਾ ਜਥਾ ਚਾਰ ਬਸਰਾਂ ਹੀ ਯੰਤਰ ਮੰਤਰ ਲਈ ਹੋਇਆ ਰਵਾਨਾ ਕਿਸਾਨਾਂ ਦੇ ਵੱਲੋਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਦੇ ਤਹਿਤ ਜੰਤਰ ਮੰਤਰ ਵਿੱਚ ਅੱਜ ਕਿਸਾਨ ਸੰਸਦ ਚਲਾਈ ਜਾਵੇਗੀ ਜਿਸ ਵਿੱਚ 200 ਕਿਸਾਨਾਂ ਕਿਸਾਨ ਹਰ ਰੋਜ਼ ਹਿੱਸਾ ਲੈਣਗੇ ਇਸ ਦੇ ਮੱਦੇਨਜ਼ਰ ਅੱਜ ਦਿੱਲੀ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਸਿੰਘੂ ਬਾਰਡਰ ਤੋਂ ਕਿਸਾਨਾਂ ਦਾ ਜਥਾ ਚਾਰ ਬੱਸਾਂ ਦੇ ਰਾਹੀਂ ਜੰਤਰ ਮੰਤਰ ਲਈ ਰਵਾਨਾ ਹੋ ਗਿਆ ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਮਿੱਥ ਕੇ ਤਬਾਹ ਕੀਤੀ ਉਹ ਸਿੱਖਿਆ ਪੰਜਾਬ ਉੱਤੇ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਕਾਲੀ ਭਾਜਪਾ ਸਰਕਾਰਾਂ ਨੇ ਸੂਬੇ ਦੀ ਨੌਜਵਾਨੀ ਨੂੰ ਬਰਬਾਦ ਕਰਨ ਦੇ ਲਈ ਗੈਣ ਮਿੱਥ ਕੇ ਸਰਕਾਰੀ ਉੱਚ ਸਿੱਖਿਆ ਪ੍ਰਣਾਲੀ ਨੂੰ ਤਬਾਹ ਕੀਤਾ ਤਾਂ ਜੋ ਸੂਬੇ ਦੇ ਡਰੱਗ ਮਾਫੀਆ ਤੇ ਪ੍ਰਾਈਵੇਟ ਸਿੱਖਿਆ ਮਾਫੀਆ ਸਥਾਪਿਤ ਕੀਤਾ ਜਾ ਸਕੇ ਇਹ ਦੋਸ਼ ਲਾਉਂਦੇ ਆਮ ਆਦਮੀ ਪਾਰਟੀ ਆਪ ਪੰਜਾਬ ਦੇ ਸੂਬੇ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਵੱਲੋਂ ਸਿੱਖਿਆ ਵਿਕਾਸ ਲਈ ਭੇਜੇ 180 ਕਰੋੜ ਰੁਪਏ ਤੋਂ ਜ਼ਿਆਦਾ ਦੇ ਘੁਟਾਲੇ ਦਾ ਦੋਸ਼ ਲਾਇਆ ਤੇ ਹਾਈ ਕੋਰਟ ਦੀ ਨਿਗਰਾਨੀ ਹੇਠ ਇਸ ਦੀ ਸਮਾਵਤ ਜਾਂਚ ਮੰਗੀ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਪੰਜਾਬ ਦੇ ਸਰਕਾਰੀ ਕਾਲਜਾਂ ਤੇ ਉੱਚ ਸ਼ਿਕਿਆ ਪ੍ਰਣਾਲੀ ਦੀ ਤਬਾਹੀ ਦਾ ਪ੍ਰਗਟਾਵਾ ਕਰਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਨੇ ਖੁਲਾਸਾ ਕੀਤਾ ਕਿ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਸਮੇਤ ਭਾਜਪਾ ਦੀਆਂ ਸਰਕਾਰਾਂ ਨੇ ਸੂਬੇ ਦੇ ਵਿੱਚ ਉੱਚ ਸਿੱਖਿਆ ਵਿਕਾਸ ਨਹੀਂ ਕੀਤਾ ਸਗੋਂ ਵਿਨਾਸ਼ ਦੇ ਲਈ ਕੰਮ ਕੀਤਾ ਹੈ ਆਕਸੀਜਨ ਦੀ ਕਮੀ ਨਾਲ ਕੋਈ ਮੌਤ ਨਹੀਂ ਵਾਲੇ ਬਿਆਨ ਤੇ ਗਰਮਾਈ ਸਿਆਸਤ ਕੇਂਦਰ ਨੇ ਆਪਣੀਆਂ ਗਲਤੀਆਂ ਨੂੰ ਲੁਕਾਉਣ ਲਈ ਬੋਲਿਆ ਝੂਠ ਸਸੌਧੀਆਂ ਕੇਂਦਰ ਸਰਕਾਰ ਦੇ ਵੱਲੋਂ ਅੱਜ ਰਾਜ ਸਭਾ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਜੋ ਆਕਸੀਜਨ ਦੀ ਕਮੀ ਨਾਲ ਕੋਈ ਮੌਤ ਨਾ ਹੋਣ ਦੇ ਬਾਰੇ ਬਿਆਨ ਦੇਣ ਤੇ ਸਿਆਸਤ ਗਰਮਾਗੀਆਂ ਕਾਂਗਰਸ ਸ਼ਿਵ ਸੈਨਾ ਆਮ ਆਦਮੀ ਪਾਰਟੀ ਸਮੇਤ ਹੋਰ ਵਿਰੋਧੀ ਧਿਰ ਦੇ ਆਗੂਆਂ ਨੇ ਮਾਮਲੇ 'ਚ ਸਰਕਾਰ ਤੇ ਝੂਠ ਬੋਲਣਾ ਤੇ ਸੂਚਾਈ ਲਕਾਉਣ ਦੇ ਗੰਭੀਰ ਦੋਸ਼ ਲਾਏ ਹਨ ਹਾਲਾਂਕਿ ਭਾਜਪਾ ਨੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਗੈਰ ਭਾਜਪਾ ਸਾਸਤ ਸੂਬਿਆਂ ਤੇ ਕੇਂਦਰ ਨੂੰ ਗਲਤ ਸੂਚਨਾ ਦੇਣ ਦਾ ਦੋਸ਼ ਲਾਇਆ ਹੈ ਸਰਕਾਰ ਨੇ ਜਵਾਬ ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਝੂਠ ਬੋਲ ਰਹੀ ਹੈ ਕਰੋਨਾ ਦੀ ਦੂਜੀ ਲਹਿਰ ਚ ਆਕਸੀਜਨ ਦਾ ਕੋਈ ਸੰਕਟ ਨਹੀਂ ਸੀ ਤੇ ਮੌਤ ਆਕਸੀਜਨ ਦੀ ਕਮੀ ਕਰਕੇ ਨਹੀਂ ਹੋਈ 15 April ਤੋਂ 10 May ਦੇ ਦੌਰਾਨ ਦੇਸ਼ ਭਰ ਦੇ ਵਿੱਚ ਆਕਸੀਜਨ ਦਾ ਗੰਭੀਰ ਸੰਕਟ ਸੀ ਮਨੀਸ਼ Tiwari ਸਮੇਤ ਕਈ ਸੰਸਦ ਮੈਂਬਰ ਅੱਜ ਕੈਪਟਨ ਨਾਲ ਕਰਨਗੇ ਮੁਲਾਕਾਤ ਪੰਜਾਬ ਕਾਂਗਰਸ ਦੇ ਵਿੱਚ ਹਾਲਾਚਲ ਤੇਜ਼ ਹੈ ਜਿੱਥੇ ਨਵਜੋਤ ਸਿੱਧੂ ਮੁਖੀ ਬਣਨ ਤੋਂ ਬਾਅਦ ਆਪਣੀ ਤਾਕਤ ਦਿਖਾਉਣ ਵਿੱਚ ਰੁੱਝੇ ਹਨ ਉੱਤੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਮੰਤਰੀਆਂ ਨਾਲ ਲਗਾਤਾਰ ਮਿਲ ਰਹੇ ਹਨ ਬੁੱਧਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਗਰਜੀਤ ਔਜਲਾ ਸਮੇਤ ਕਈ ਸੰਸਦ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਗਏ ਪੰਜਾਬ ਕਾਂਗਰਸ ਵਿੱਚ ਹੰਗਾਮੇ ਤੋਂ ਬਾਅਦ ਪਾਰਟੀ ਦੇ ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਅੱਜ ਅੰਮ੍ਰਿਤਸਰ ਤੋਂ ਪਹਿਲੀ ਮੀਟਿੰਗ ਬੁਲਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਹਨ 62 ਵਿਧਾਇਕਾਂ ਤੇ ਨੇਤਾਵਾਂ ਨੇ ਇਸ ਵਿੱਚ ਹਿੱਸਾ ਲਿਆ ਇਸ ਦੌਰਾਨ ਟਕਸਾਲੀ ਨੇਤਾਵਾਂ ਦੀ ਚੁੱਪੀ ਖੁੱਲਣ ਦੀ ਉਡੀਕ ਰਹੇਗੀ 12ਵੀਂ ਦੇ ਪ੍ਰੀਖਿਆ ਨਤੀਜੇ ਤਿਆਰ ਕਰਨ ਤੋਂ ਲੱਗੇ ਅਧਿਆਪਕ ਤਣਾਅ ਤੋਂ ਸਮਾਹੱਦ 25 ਤੱਕ ਵਧੀ ਸੀਬੀਐਸਸੀ ਦੇ ਬੁੱਧਵਾਰ ਨੂੰ ਸਕੂਲਾਂ ਦੇ 12ਵੀਂ ਜਮਾਤ ਦੇ ਨਤੀਜਿਆਂ ਨੂੰ ਅੰਤਮ ਰੂਪ ਦੇਣ ਦੀ ਸਮਾਹੱਦ 25 ਜੁਲਾਈ ਕਰ ਦਿੱਤੀ ਹੈ ਪਹਿਲਾਂ ਇਹ 22 ਜੁਲਾਈ ਸੀ ਪ੍ਰੀਖਿਆ ਕੰਟਰੋਲ ਸੰਜਮ ਭਾਰਦਵਾਜ ਨੇ ਦੱਸਿਆ ਕਿ ਪ੍ਰੀਖਿਆ ਨਤੀਜੇ ਪਿਆਰ ਕਰਨ ਦੀ ਅੰਤਮ ਮਿਤੀ ਨੇੜੇ ਆਉਣ ਕਰਕੇ ਇਸ ਕੰਮ ਵਿੱਚ ਲੱਗੇ ਅਧਿਆਪਕ ਤਣਾਅ ਦਾ ਸ਼ਿਕਾਰ ਹੋ ਰਹੇ ਸਨ ਤੇ ਗਲਤੀਆਂ ਕਰ ਰਹੇ ਸਨ ਹੁਣ ਉਹੀ ਬੋਰਡ ਇਹ ਗਲਤੀਆਂ ਸਹੀ ਨਹੀਂ ਕਰਨ ਲਈ ਬੇਨਤੀਆਂ ਭੇਜ ਰਹੇ ਹਨ ਤੇ CBSE ਦੇ ਸਕੂਲਾਂ ਤੇ ਅਧਿਆਪਕਾਂ ਸਾਹਮਣੇ ਆ ਰਹੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਇਸ ਲਈ ਅੰਤਮ ਮਿਤੀ 22 ਤੋਂ ਵਧਾ ਕੇ 25 ਜੁਲਾਈ ਕਰਨ ਦਾ ਫੈਸਲਾ ਲਿਆ ਪੈਟਰੋਲ ਤੇ ਡੀਜ਼ਲ ਹੋ ਸਕਦੇ ਨੇ ਸਸਤੇ ਸੋ ਪੈਟਰੋਲ 4 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 5 ਰੁਪਏ ਪ੍ਰਤੀ ਲੀਟਰ ਜਾਣੋ ਕਿੰਜ ਦੱਸਦਿਆਂ ਤੁਹਾਡੇ ਨਾਲ ਜਲਦੀ ਹੀ ਕੇਂਦਰ ਸਰਕਾਰ ਅਤੇ ਆਮ ਗਾਹਕ ਦੋਵਾਂ ਨੂੰ ਰਾਹਤ ਮਿਲਣ ਵਾਲੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਨੇ ਹਰ ਰਿਪੋਰਟ ਨੂੰ ਨਕਾਰਦੇ ਹੋਏ ਕੂਚ ਕਰ ਦਿੱਤਾ ਪਿਛਲੇ 8 ਦਿਨਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ 77.60 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਕੇ 68.40 ਡਾਲਰ ਪ੍ਰਤੀ ਬੈਰਲ ਰਹਿ ਗਈਆਂ ਨੇ ਪਿਛਲੇ 10 ਮਹੀਨਿਆਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਇਹ ਸਭ ਤੋਂ ਵੱਡੀ ਗਰਾਵਟ ਇਸ ਕਾਰਨ ਦੇਸ਼ ਦੀਆਂ ਤੇਲ ਕੰਪਨੀਆਂ ਵਿੱਚ ਜਲਦੀ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਪਰਚੂਨ ਕੀਮਤਾਂ ਨੂੰ ਘਟਾ ਦੇਣੀਆਂ ਜੇ ਅਸੀਂ ਪਿਛਲੇ 8 ਦਿਨਾਂ ਵਿੱਚ ਕੱਚੇ ਤੇਲ ਦੀ ਕੀਮਤ ਦੀ ਸਿਰਫ 20.8 ਦੀ ਗਰਾਵਟ ਦੇ ਆਧਾਰ ਤੇ ਗਣਨਾ ਕਰੀਏ ਤਾਂ ਪੈਟਰੋਲ ਦੀ ਪਰਚੂਨ ਕੀਮਤ 'ਚ 4 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 'ਚ 5 ਰੁਪਏ ਪ੍ਰਤੀ ਲੀਟਰ ਕਟੌਤੀ ਹੋਣ ਦੀ ਸੰਭਾਵਨਾ ਹੈ ਖਾਸ ਕਰਕੇ ਜਦੋਂ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ ਵਿਰੋਧੀ ਤੇ ਮਹਿੰਗਾਈ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਸੋ ਇਸ ਦੇ ਵਿਚਕਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪੈਟਰੋਲੀਅਮ ਉਤਪਾਦਨਾਂ ਨੇ ਕੇਂਦਰੀ ਟੈਕਸ ਦੇ ਕਾਰਨ 3.35 ਲੱਖ ਕਰੋੜ ਰੁਪਏ ਦੀ ਵਸੂਲੀ ਦਾ ਮੁੱਦਾ ਚੁੱਕਿਆ ਕਿਸਾਨਾਂ ਦੇ ਸੰਸਦ ਕੂਚ ਨਾਲ ਜੁੜੀ ਵੱਡੀ ਖਬਰ ਜਾਨੋਂ ਕਦੋਂ ਤੇ ਕਿੱਥੇ ਕੀਤਾ ਜਾਵੇਗਾ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਪਿਛਲੇ 8 ਮਹੀਨਿਆਂ ਤੋਂ ਜਾਰੀ ਆ ਇਸ ਦੌਰਾਨ ਦਿੱਲੀ ਦੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਲਈ ਕਿਸਾਨਾਂ ਨੂੰ ਆਗਿਆ ਵੀ ਮੰਗੀ ਸੀ ਪਰ ਕਿਸਾਨਾਂ ਨੂੰ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਮਿਲੀ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਪ੍ਰਦਰਸ਼ਨ ਦੇ ਸਬੰਧ ਵਿੱਚ ਕੁਝ ਨਿਯਮ ਅਤੇ ਸ਼ਰਤਾਂ ਕਿਸਾਨਾਂ ਦੇ ਸਾਹਮਣੇ ਰੱਖੀਆਂ ਹਨ ਇਸ ਨੂੰ ਪੂਰਾ ਕਰ ਲਿਆ ਜਾਂਦਾ ਤਾਂ ਲਗਭਗ 200 ਕਿਸਾਨ ਬਸਾਂ ਦੇ ਰਾਹੀਂ ਜੰਤਨ ਮੰਤਰ ਪਹੁੰਚ ਚੁੱਕੇ ਨੇ ਸੋ ਵੱਡੀ ਖਬਰ ਹੈ ਬੇਰਹਿਮ ਹੋਈ ਮੋਦੀ ਸਰਕਾਰ ਅੱਖਾਂ ਮੂਰੇ ਦਮ ਤੋੜ ਰਹੇ ਅੰਨਦਾਤਾ ਨੂੰ ਦੇਖਣਾ ਨਹੀਂ ਚਾਹੁੰਦੀ ਸੋ ਵੱਡਾ ਅੰਜ ਕੱਸਿਆ ਭਗਵੰਤ ਮਾਨ ਨੇ ਪਰ ਉਸ ਤੋਂ ਪਹਿਲਾਂ ਦੋਸਤੋ ਨੇਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਲੀ ਖੇਤੀ ਕਾਨੂੰਨਾਂ ਦੇ ਵਿਰੋਧ ਸੰਘਰਸ਼ ਕਰ ਰਹੇ ਕਿਸਾਨਾਂ ਦੇ ਪ੍ਰਤੀ ਕੇਂਦਰ ਦੀ ਮੋਦੀ ਸਰਕਾਰ ਨੂੰ ਬੇਕਰ ਅਤੇ ਬੇਰਹਿਮ ਦੱਸਿਆ ਹੈ ਆਲੋਚਨਾ ਕੀਤੀ ਤਿੱਖੀ ਤੇ ਮਾਨ ਦੇ ਮੁਤਾਬਕ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਬੜੀ ਬਿਸ਼ਰਮੀ ਦੇ ਨਾਲ ਇਹ ਕਹਿਣਾ ਕਿ ਉਸ ਕੋਲ ਰਾਜਸਤਾਨੀ ਦੀਆਂ ਸਰਹੱਦਾਂ ਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਦਮ ਤੋੜਨ ਵਾਲੇ ਕਿਸਾਨ ਮਜ਼ਦੂਰ ਤੇ ਅੰਦੋਲਨਕਾਰੀਆਂ ਦੀ ਕੋਈ ਗਿਣਤੀ ਜਾਰ ਰਿਕਾਰਡ ਨਹੀਂ ਇਹ ਸਾਬਤ ਕਰਦਾ ਕਿ ਮੋਦੀ ਸਰਕਾਰ ਦੀ ਆਤਮਾ ਮਰ ਚੁੱਕੀ ਆ ਉਸ ਕੇਂਦਰ ਨੂੰ ਅੱਖਾਂ ਦੇ ਸਾਹਮਣੇ ਦਰ ਦਮ ਤੋੜ ਰਹੇ ਅੰਨਦਾਤਾ ਦਿਖਾਈ ਨਹੀਂ ਦੇ ਰਹੇ ਪਾਰਟੀ ਹੈੱਡ ਕੁਆਰਟਰ ਤੋਂ ਜਾਰੀ ਬਿਆਨ ਰਹੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਿਟਲਰ ਤਾਨਾਸ਼ਾਹ ਦੀ ਆਤਮਾ ਜਿਹੜੀ ਉਸ ਦੇ ਵਿੱਚ ਪ੍ਰਵੇਸ਼ ਕਰ ਰੁਕ ਚੁੱਕੀ ਆ ਜਿਸ ਕਰਕੇ 8 ਮਹੀਨਿਆਂ ਤੋਂ ਸਰਕਾਰ ਨੂੰ ਅਤਿ ਦੀ ਸਰਦੀ ਅਤੇ ਗਰਮੀ ਦੌਰਾਨ ਬਿਮਾਰ ਹੋ ਕੇ ਜਾ ਕੇ ਦੁਰਗਤਨਾਵਾਂ ਦੇ ਵਿੱਚ ਦਮ ਤੋੜ ਰਹੇ ਅੰਦੋਲਨਕਾਰੀ ਨਜ਼ਰ ਨਹੀਂ ਆ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੌਤਾਂ ਨੂੰ ਲੈ ਕੇ ਰਾਹੁਲ ਗਾਂਧੀ ਦਾ ਕੇਂਦਰ ਤੇ ਹਮਲਾ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੀਆਂ ਮੌਤਾਂ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਹਮਲਾ ਬੋਲਿਆ ਰਾਹੁਲ ਗਾਂਧੀ ਨੇ ਇੱਕ ਖਬਰ ਦੀ ਕਟਿੰਗ ਸ਼ੇਅਰ ਕੀਤੀ ਜਿਸ ਦੇ ਵਿੱਚ ਲਿਖਿਆ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਆਪਣੇ ਨੂੰ ਗੁਆਣ ਵਾਲਿਆਂ ਦੇ ਹੰਝੂਆਂ ਵਿੱਚ ਸਭ ਰਿਕਾਰਡ ਹੈ ਦਰਅਸਲ ਬੀਤੇ ਦਿਨ ਪਾਰਲੀਮੈਂਟ ਵਿੱਚ ਕਿਸਾਨੀ ਅੰਦੋਲਨ ਦੌਰਾਨ 550 ਕਿਸਾਨਾਂ ਦੀ ਮੌਤ ਬਦਲੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸੰਬੰਧੀ ਪ੍ਰਸ਼ਨ ਦੇ ਉੱਤਰ ਵਿੱਚ ਸਰਕਾਰ ਨੇ ਕਿਹਾ ਕਿ ਸਰਕਾਰ ਕੋਲ ਅਜਿਹੇ ਕੋਈ ਅੰਕੜੇ ਨਹੀਂ ਜਿਹੜੇ ਕਿਸਾਨ ਦਿੱਲੀ ਦੀਆਂ ਜਾਂ ਦਿੱਲੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੇ ਅਜਿਹੇ ਅੰਕੜੇ ਨਹੀਂ ਤਾਂ ਮੁਆਵਜ਼ਾ ਦੇਣ ਦਾ ਪ੍ਰਸ਼ਨ ਹੀ ਨਹੀਂ ਉੱਠਦਾ ਦਿਲਚਸਪ ਗੱਲ ਇਹ ਹੈ ਕਿ ਅਖਬਾਰਾਂ ਦੇ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੀਆਂ ਤਸਵੀਰਾਂ ਛਾਪਦੀਆਂ ਨੇ ਤੇ ਹੋਰ ਵੀ ਜਾਣਕਾਰੀ ਦਿੱਤੀ ਜਾਂਦੀ ਆ ਵੱਖਰੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਅਤੇ ਕਿਸੇ ਹੋਰ ਵੱਡੇ ਆਗੂ ਨੇ ਕੋਈ ਅਫਸੋਸ ਲਈ ਇੱਕ ਅੱਖਰ ਵੀ ਨਹੀਂ ਬੋਲਿਆ ਮੋਗਾ ਦੇ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡ ਦੇ ਵਿੱਚ ਆਕਸੀਜਨ ਸਿਲੰਡਰ ਹੋਇਆ ਲੀਕ ਮੱਛੀ ਪਗੜੜ ਮੋਗਾ ਤੋਂ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿੱਚ ਅੱਜ ਵੱਡਾ ਹਾਦਸਾ ਹੁੰਦਾ ਹੁੰਦਾ ਟਲਿਆ ਜਾਣਕਾਰੀ ਦੇ ਮੁਤਾਬਕ ਜੱਚਾ ਬੱਚਾ ਵਾਰਡ ਚ ਆਕਸੀਜਨ ਸਿਲੰਡਰ ਲੀਕ ਹੋ ਗਿਆ ਲੀਕ ਹੋਣ ਦੇ ਨਾਲ ਵਾਰਡ ਚ ਭੱਜ ਦੌੜ ਮਚ ਗਈ ਮਰੀਜ਼ ਅਤੇ ਸਟਾਫ ਦੇ ਸਮੇਤ ਉਥੋਂ ਭੱਜ ਕੇ ਮਰੀਜ਼ ਆਪਣੀਆਂ ਡ੍ਰਿਪ ਵਾਲੀਆਂ ਬੋਤਲਾਂ ਖੂਨ ਦੀਆਂ ਬੋਤਲਾਂ ਭੱਜ ਕੇ ਉੱtre ਤੇ ਖੂਨ ਵੀ ਜ਼ਮੀਨ ਤੇ ਖਿਲਰ ਗਿਆ ਇਸੇ ਐਂਬੂਲੈਂਸ ਡਰਾਈਵਰ ਨੇ ਅੰਦਰ ਜਾ ਕੇ ਆਕਸੀਜਨ ਵਾਲਾ ਬੰਦ ਕੀਤਾ ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ ਗਣੀ ਮਤੇ ਰਹੀ ਕਿ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਇਸ ਦੌਰਾਨ ਹਸਪਤਾਲ ਦੀ ਲਾਪਰਵਾਹੀ ਵੀ ਸਾਹਮਣੇ ਆਈ ਉੱਥੇ ਆਕਸੀਜਨ ਸਿਲੰਡਰ ਬਦਲਣ ਵਾਲਾ ਸਟਾਫ ਵੀ ਨਹੀਂ ਸੀ ਇਸ ਸਬੰਧੀ ਉੱਥੇ ਸਟਾਫ ਨੇ ਦੱਸਿਆ ਕਿ ਹਮੇਸ਼ੀ ਹਮੇਸ਼ਾ ਦੀ ਤਰ੍ਹਾਂ ਸਿਲੰਡਰ ਬਦਲਦੀਆਂ ਨੇ ਪਰ ਇਸ ਵਾਰ ਜਦੋਂ ਸਿਲੰਡਰ ਬਦਲਣ ਲੱਗੀਆਂ ਤੇ ਇੱਕਦਮ ਪ੍ਰੈਸ਼ਰ ਬਣ ਗਿਆ ਜਿਸ ਨਾਲ ਨੇ ਉਹਨੂੰ ਵੱਡਾ ਝਟਕਾ ਦਿੱਤਾ ਬਾਹਰ ਜਾਣ ਲੱਗਿਆ ਤੇ ਬੱਚਿਆਂ ਦੀ ਆਕਸੀਜਨ ਬੰਦ ਕਰਨ ਲੱਗੇ ਤਾਂ ਲੋਕ ਵੀ ਬੱਚਿਆਂ ਨੂੰ ਲੈ ਕੇ ਉੱਥੋਂ ਭੱਜ ਗਏ ਅਮਰਿੰਦਰ ਸਿੰਘ ਨੂੰ ਮਨਾਉਣ ਖੁਦ ਜਾਣਗੇ ਨਵਜੋਤ ਸਿੱਧੂ 60 ਵਿਧਾਇਕ ਹੋਣਗੇ ਕਾਫਲੇ 'ਚ ਸ਼ਾਮਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਦੇ ਲਈ ਨਵਜੋਤ ਸਿੱਧੂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੇ ਫਾਰਮ ਹਾਊਸ ਸਿਸਵਾ ਵਿੱਚ ਜਾਣਗੇ ਨਵਜੋਤ ਸਿੱਧੂ ਦੇ ਨਾਲ 60 ਦੇ ਕਰੀਬ ਵਿਧਾਇਕ ਸ਼ਾਮਲ ਹੋਣਗੇ ਨਵਜੋਤ ਸਿੱਧੂ ਇਸ ਮੌਕੇ ਅਮਰਿੰਦਰ ਸਿੰਘ ਤੋਂ ਆਸ਼ੀਰਵਾਦ ਲੈਣਗੇ ਤਾਜਪੂਛੀ ਸਮਾਗਮਾ ਦੇ ਵਿੱਚ ਚੱਲਣ ਦੀ ਬੇਨਤੀ ਕਰਨਗੇ ਉੱਥੇ ਨਾਲ ਹੀ 60 ਦੇ ਕਰੀਬ ਵਿਧਾਇਕ ਲਿਖਤੀ ਰੂਪ ਵਿੱਚ ਅਮਰਿੰਦਰ ਸਿੰਘ ਨੂੰ ਦਰਖਾਸਤ ਕਰਨਗੇ ਇਸ ਸਮਾਗਮ ਵਿੱਚ ਆ ਕੇ ਉਸ ਦੀ ਸ਼ਾਨ ਵਧਾਉਣ ਇਸ ਸੰਬੰਧੀ ਫੈਸਲਾ ਲਿਆ ਗਿਆ ਹੈ ਤੇ ਨਵਜੋਤ ਸਿੱਧੂ ਸਣੇ ਵਿਧਾਇਕਾਂ ਵੱਲੋਂ ਸੱਦੇ ਪੱਤਰ ਤੇ ਲਿਖਤੀ ਦਰਸਖਤ ਕੀਤੇ ਗਏ ਹਨ ਜਿਸ ਕਾਰਨ 10 ਵਜੇ ਹੀ ਸਾਰੇ ਵਿਧਾਇਕ ਨਵਜੋਤ ਸਿੱਧੂ ਸਿਸਵਾ ਫਾਰਮ ਹਾਊਸ ਪਹੁੰਚ ਜਾਣਗੇ 11 ਵਜੇ ਅਮਰਿੰਦਰ ਸਿੰਘ ਨੂੰ ਨਾਲ ਲੈ ਕੇ ਵੱਡਾ ਕਾਫਲਾ ਪੰਜਾਬ ਕਾਂਗਰਸ ਭਵਨ ਲਈ ਚੱਲੇਗਾ ਇਸ ਦੀ ਪੁੱਛੀ ਵਿਧਾਇਕ ਵੱਲੋਂ ਗੱਲਬਾਤ ਕਰਦਿਆਂ ਕੀਤੀ ਗਈ ਸਿਕੰਦਰ ਸਿੰਘ ਮਾਲੂਕਾ ਦੀ ਭਵਿੱਖਬਾਣੀ ਸਿੱਧੂ ਨੇ ਫੇਲ ਹੋ ਜਾਣਾ ਬਹੁਤਾ ਚਿਰ ਨਹੀਂ ਚੱਲੇਗਾ ਸਾਬਕਾ ਕਾਲੀ ਮੰਤਰੀ ਸਿਕੰਦਰ ਸਿੰਘ ਮਾਲੂਕਾ ਜਬ ਬਠਿੰਡਾ ਪਹੁੰਚੇ ਜਿੱਥੇ ਕਾਂਗਰਸ ਦੇ ਆਪਸੀ 카ਰਟੋ ਕਲੇਸ਼ ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਲੂਕਾ ਨੇ ਕਿਹਾ ਇੱਕ ਇੱਕ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੋਵਾਂ ਦਾ ਅੱਜ ਦੇ ਸਮੇਂ ਚ ਆੜੀਲਾ ਰਵਈਆ ਠੀਕ ਨਹੀਂ ਸਿਆਸਤ ਵਿੱਚ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਕਾਲੀ ਲੀਡਰਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਪਰੇਸ਼ਾਨ ਨੇ ਇਹ ਸਿਰਫ ਕੁਰਸੀ ਬਚਾਉਣ ਦੀ ਲੜਾਈ ਲੜ ਰਹੇ ਨੇ ਲੋਕ ਬਿਜਲੀ ਦੀ ਮੰਗ ਕਰ ਰਹੇ ਹਨ ਤੇ ਇਹਨਾਂ ਨੇ ਪਿਛਲੇ 4.5 ਸਾਲਾਂ ਵਿੱਚ ਇੱਕ ਵੀ ਬਿਜਲੀ ਦੀ ਜੁਨਟ ਪੈਦਾ ਨਹੀਂ ਕੀਤੀ ਨਾ ਕੋਈ ਗ੍ਰਿਡ ਲਾਇਆ ਨਾ ਕੋਈ ਥਰਮਲ ਪਲਾਂਟ ਲਾਇਆ ਸਾਰਾ ਕੁਝ ਬੰਦ ਕਰ ਦਿੱਤਾ ਹਮੇਸ਼ਾ ਕਾਲੀਦਾਲ ਨੂੰ ਹੀ ਬਦਨਾਮ ਕੀਤਾ ਉਹਨਾਂ ਨੇ ਕਿਹਾ ਕੈਪਟਨ ਅਤੇ ਸਿੱਧੂ ਦੀ ਲੜਾਈ ਹੁਣ ਟਿਕਲਣ ਵਾਲੀ ਨਹੀਂ ਹੈ ਕਿਉਂਕਿ ਅਮਰਿੰਦਰ ਸਿੰਘ ਹੁਣ ਚੁਕਣਾ ਉਹਨਾਂ ਨੇ ਤਾਂ ਸ਼ਰਤ ਲਾ ਦਿੱਤੀ ਹੈ ਕਿ ਪਬਲਿਕੀ ਪਬਲਿਕਲੀ ਮਾਫੀ ਮੰਗੇ ਜਿਸ ਤੇ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਹੋਵੇ ਉਸ ਨੂੰ ਤੁਸੀਂ ਪ੍ਰਧਾਨ ਲਾ ਦਿੰਦੇ ਹੋ ਤਾਂ ਤੁਸੀਂ ਮੁੱਖ ਮੰਤਰੀ ਬਦਲ ਦਿਓ ਕਿਉਂਕਿ ਪ੍ਰਧਾਨ ਤੁਸੀਂ ਉਸ ਨੂੰ ਲਾ ਦਿੱਤਾ ਜਿੰਦੀ ਮੁੱਖ ਮੰਤਰੀ ਨਾਲ ਬਿਲਕੁਲ ਵੀ ਨਹੀਂ ਬਣਦੀ ਤੇ ਸਿੱਧੂ ਦਾ ਪਿਛਲਾ ਰਿਕਾਰਡ ਵੀ ਬਾੜਾ ਆ ਕੋਈ ਸਿੱਧਾ ਸਦਾ ਨਹੀਂ ਇਸ ਲਈ ਸਿੱਧੂ ਜਿਆਦਾ ਸਮਾਨ ਨਹੀਂ ਚੱਲ ਸਕਦਾ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਬਰਿੰਦਰ ਢਿੱਲੋਂ ਤੇ ਕੈਪਟਨ ਸੰਦੀਪ ਸੰਧੂ ਨੂੰ ਤੁਰੰਤ ਕੀਤਾ ਜਾਵੇ ਮੁਅਤਲ ਵੱਢੇੜੀ ਪੰਜਾਬ ਦੇ ਸੀਨੀਅਰ ਸਿੱਖ ਕਿਸਾਨ ਆਗੂ ਆਲ ਇੰਡੀਆ ਜੱਟ ਮਹਾਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਮਹਾਸਭਾ ਦੇ ਰਾਸ਼ਟਰੀ ਡੈਲੀਗੇਟ ਰਾਜਿੰਦਰ ਸਿੰਘ ਵੱਡ੍ਹਹੜੀ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਕੁਮਾਰ ਸੰਧੂ ਨੂੰ ਉਹਨਾਂ ਦੇ ਅਹੁਦਿਆਂ ਤੋਂ ਲਾਉਣ ਦੀ ਮੰਗ ਕੀਤੀ ਹੈ ਉਹਨਾਂ ਵੱਲੋਂ ਪ੍ਰੈਸ ਦੇ ਨਾਂ ਤੇ ਬਿਆਨ ਜਾਰੀ ਕਰਦਿਆਂ ਸਰਦਾਰ ਵੱਡ੍ਹਹੜੀ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨਾਮ ਨਿਯੁਕਤ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਆਪਣੇ ਦੋਵਾਂ ਆਗੂਆਂ ਨੂੰ ਤੁਰੰਤ ਬਾਹਰ ਦਾ ਰਸਤਾ ਵਿਖਾ ਦੇਣਾ ਚਾਹੀਦਾ ਹੈ। ਆਨਲਾਈਨ ਅਤੇ ਆਫਲਾਈਨ ਸਿੱਖਿਆ ਦਾ ਮਿਲਿਆ ਜੁਲਿਆ ਮਾਡਲ ਵਿਕਸਿਤ ਕਰਨ ਦੀ ਲੋੜ ਉਪਰਾਸ਼ਟਰਪਤੀ ਉਪਰਾਸ਼ਟਰਪਤੀ ਐਮ ਬੈਂਕੇ ਨਾਇਡੂ ਨੇ ਕਿਹਾ ਹੈ ਕਿ ਆਨਲਾਈਨ ਸਿੱਖਿਆ ਜਮਾਤਾਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਰਵਾਇਤੀ ਸਿੱਖਿਆ ਬਰਨਾਲੀ ਦਾ ਬਦਲ ਨਹੀਂ ਬਣ ਸਕਦੀ ਅਜਿਹੀ ਹਾਲਤ ਵਿੱਚ ਸਾਨੂੰ ਆਨਲਾਈਨ ਅਤੇ ਆਫਲਾਈਨ ਸਿੱਖਿਆ ਦੇ ਸਰਵੋਤਮ ਤੱਤਾਂ ਨੂੰ ਆਪਸ ਦੇ ਵਿੱਚ ਮਿਲਾਉਂਦੇ ਹੋਏ ਭਵਿੱਖ ਦੇ ਲਈ ਸਿੱਖਿਆ ਦਾ ਮਿਲਿਆ ਜੁਲਿਆ ਮਾਡਲ ਵਿਕਸਿਤ ਕਰਨਾ ਹੋਵੇਗਾ ਨਾਇਡੂ ਬੁੱਧਵਾਰ ਨੂੰ ਓਪ ਜਨਰਲ ਯੂਨੀਵਰਸਿਟੀ ਦੇ ਡਿਜੀਟਲ ਪਲੇਟਫਾਰਮ ਆਜੋਜਿਤ ਵਿਸ਼ਵ ਯੂਨੀਵਰਸਿਟੀ ਸਿੱਖਰ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ ਪੰਜਾਬ ਸੀਆਈਡੀ ਦੀ ਰਡਾਰ ਤੇ ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਚ ਸ਼ਾਮਲ ਕੁਝ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਨੂੰ ਪੰਜਾਬ ਦੇ ਵਿੱਚ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਉਣ ਤੋਂ ਬਾਅਦ ਪਾਰਟੀ ਤਰ੍ਹਾਂ ਵਿੱਚ ਵੰਡੀ ਹੋਈ ਜਾਪਦੀ ਹੈ ਹੁਣ ਖਬਰ ਮਿਲੀ ਹੈ ਕਿ ਬੁੱਧਵਾਰ ਨੂੰ ਨਵਜੋਤ ਸਿੱਧੂ ਨਾਲ ਦਰਬਾਰ ਸਾਹਿਬ ਦਰਸ਼ਨ ਕਰਨ ਗਏ ਕਾਂਗਰਸੀ ਵਿਧਾਇਕਾਂ 'ਚੋਂ ਕੁਝ ਪੰਜਾਬ ਸੀਆਈਡੀ ਦੀ ਰਡਾਰ ਤੇ ਹਨ ਇਹਨਾਂ ਵਿਧਾਇਕਾਂ ਤੇ ਨਜਾਇਜ਼ ਮੈਨੀ ਗੱਤੀ ਗੈਰ ਕਾਨੂੰਨੀ ਸ਼ਰਾਬ ਦੀ ਕਾਰੋਬਾਰੀ ਵਰਗੀਆਂ ਗਤੀਵਿਧੀਆਂ ਦੇ ਦੋਸ਼ ਹਨ ਕੁਝ ਵਿਧਾਇਕਾਂ ਜਿਨ੍ਹਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਦਦ ਮੰਗੀ ਸੀ ਪਰ ਸੀਐਮ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਬੁੱਧਵਾਰ ਨੂੰ ਨਵਜੋਤ ਸਿੱਧੂ ਨਾਲ ਇਨ੍ਹਾਂ ਵਿਧਾਇਕਾਂ ਨਾਲ ਇੱਕ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕੀਤਾ ਕੈਪਟਨ ਦੇ ਵਿਰੁੱਧ ਇਸ ਵਿੱਚ ਉਹ ਵੀ ਹਰਮੰਦਰ ਸਾਹਿਬ ਗਿਆਤ ਤੇ ਜਿਸ ਦੌਰਾਨ ਸਿੱਧੂ ਨਾਲ ਕੁਝ 48 ਵਿਧਾਇਕ ਤਿੰਨ ਆਪ ਦੇ ਵਿਧਾਇਕਾਂ ਸਮੇਤ ਵੀ ਸਨ ਇਨ੍ਹਾਂ ਵਿੱਚੋਂ ਕੁਝ ਵਿਧਾਇਕ ਪੰਜਾਬ ਸੀਆਈਡੀ ਦੇ ਰਟਾਰਤੇ ਹਨ ਵਿਧਾਇਕ ਸਿੱਧੂ ਦੇਾਰੇ ਇਕੱਠੇ ਹੋਏ ਸਾਦੇ ਕੱਪੜਿਆਂ ਚੂ ਮੌਜੂਦ ਸੀ ਸੀਆਈਡੀ ਟੀਮ ਸੋ ਨਵਜੋਤ ਸਿੱਧੂ ਦੇ ਘਰ ਦੇ ਬਾਹਰ ਸਾਦੇ ਕੱਪੜਿਆਂ 'ਚ ਮੌਜੂਦ ਸੀ ਆਧਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ ਉਸ ਦੀ ਨਜ਼ਰ ਅਮਰਤਸਰ ਵਿੱਚ ਸਿੱਧੂ ਦੇ ਘਰ ਤੇ ਇਕੱਠੇ ਹੋਏ ਇਨ੍ਹਾਂ ਵਿਧਾਇਕਾਂ ਦੇ ਸੀ ਦੱਸਿਆ ਗਿਆ ਕਿ ਉਹ ਸਿਰਫ ਆਪਣਾ ਫਰਜ਼ ਨਿਭਾਰੇ ਸੰਸੂਤਰਾਂ ਦੇ ਅਨੁਸਾਰ ਵਿਧਾਇਕ ਅਤੇ ਉਹਨਾਂ ਦੇ ਕੁਝ ਸਾਥੀ ਜੋ ਸਿੱਧੂ ਦੇ ਨਾਲ ਸਨ ਉਹ ਬਹੁਤ ਸਾਰੇ ਗੰਭੀਰ ਦੋਸ਼ ਉਹਨਾਂ ਨੇ ਲਾਏ ਹਨ ਬਸਪਾ ਵੱਲੋਂ ਚਾਰ ਸੰਭਾਵੀ ਉਮੀਦਵਾਰਾਂ ਦਾ ਐਲਾਨ ਵਿਧਾਨ ਸਭਾ ਨੂੰ ਦੇਖਦੇ ਹੋਏ ਬੌਧਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਬੀਬੀ ਮਾਇਆਵਤੀ ਤੋਂ ਪ੍ਰਵਾਨਗੀ ਤੋਂ ਬਾਅਦ ਅੱਜ ਬੌਧਜਨ ਸਮਾਜ ਪਾਰਟੀ ਬਸਪਾ ਦੇ ਵੱਲੋਂ ਚਾਰ ਸੰਭਾਵੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਨਵਾਂ ਸ਼ਹਿਰ ਤੋਂ ਡਾਕਟਰ ਨਿਸ਼ਾਤਰ ਸਿੰਘ ਅਤੇ ਪਾਇਲ ਤੋਂ ਐਸਸੀ ਡਾਕਟਰ ਜਸਪੀ ਰੀਤ ਸਿੰਘ ਬੀਸੀ ਐਸਸੀ ਬਸੇ ਪਠਾਨਾ ਤੋਂ ਐਡਵੋਕੇਟ ਸ਼ਿਵ ਕਲਿਆਣ ਤੇ ਕਰਤਾਰਪੁਰ ਤੋਂ ਐਸਸੀ ਬਲਵਿੰਦਰ ਕੁਮਾਰ ਹਲਕਾ ਇੰਚਾਰਜ ਨਿਯੁਕਤ ਕੀਤਾ ਤੇ ਇਹਨਾਂ ਨੂੰ ਅਗਲੀਆਂ ਚੋਣਾਂ ਦੇ ਵਿੱਚ ਉਮੀਦਵਾਰ ਵਜੋਂ ਉਤਾਰਿਆ ਜਾਵੇਗਾ। ਸਾਂਜੂਕੀ ਭਾਰਤ 'ਚ ਲਾਂਚ ਕਰੇਗੀ ਸਭ ਤੋਂ ਸਸਤੇ ਇਲੈਕਟ੍ਰੀਕਲ ਜਪਾਨੀ ਕਾਰ ਜਪਾਨ ਦੀ ਮਸ਼ਹੂਰ ਹੈ। ਕਾਰ ਨਿਰਮਾਤਾ ਸਾਂਜੂਕੀ ਮੋਟਰ ਕਾਰਪੋਰੇਸ਼ਨ ਨੇ ਇਲੈਕਟ੍ਰਿਕ ਕਾਰ ਨਿਰਮਾਣ ਦੇ ਖੇਤਰ ਵਿੱਚ ਦਾਖਲ ਹੋਣ ਦੀ ਯੋਜਨਾ ਬਣਾਈ ਇੱਕ ਰਿਪੋਰਟ ਦੇ ਮੁਤਾਬਕ ਕੰਪਨੀ ਸਾਲ 2025 ਤੱਕ ਆਪਣੀ ਪਹਿਲੀ ਇਲੈਕਟ੍ਰੀਕਲ ਕਾਰ ਲਾਂਚ ਕਰੇਗੀ ਕੰਪਨੀ ਇਸ ਨੂੰ ਪਹਿਲੀ ਭਾਰਤੀ ਬਾਜ਼ਾਰਾਂ ਦੇ ਵਿੱਚ ਲਾਂਚ ਕਰ ਸਕਦੀ ਹੈ ਰਿਪੋਰਟ ਦੇ ਅਨੁਸਾਰ ਕੰਪਨੀ ਇਸ ਕਾਰ ਨੂੰ ਕੰਪੈਕਟ ਸ਼੍ਰੇਣੀ ਵਿੱਚ ਲਾਂਚ ਕਰੇਗੀ ਭਾਰਤ ਤੋਂ ਬਾਅਦ ਸੰਜੂਕੀ ਇਸ ਇਲੈਕਟ੍ਰਿਕ ਕਾਰ ਨੂੰ ਜਾਪਾਨ ਅਤੇ ਯੂਰਪ ਸਮੇਤ ਦੁਨੀਆ ਦੇ ਹੋਰ ਵੱਡੇ ਬਾਜ਼ਾਰਾਂ 'ਚ ਲਾਂਚ ਕਰੇਗੀ ਹਾਲਾਂਕਿ ਕੰਪਨੀ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਨਾਕੇ ਤੇ ਗੱਡੀ ਰੋਕਣ ਤੇ ਕਾਰ ਸਵਾਰਾਂ ਨੇ ਪੁਲਿਸ ਮੁਲਾਜ਼ਮ ਤੇ ਮਾਰੀ ਗੋਲੀ ਗੰਭੀਰ ਜ਼ਖਮੀ ਹ ਹਰੀਕੇ ਖਾਲੜਾ ਮਾਰਗ ਤੇ ਪੁਲਿਸ ਵੱਲੋਂ ਰੇਲਵੇ ਫਾਟਕ ਤੇ ਨਾਕਾ ਲਾਇਆ ਹੋਇਆ ਸੀ ਜਿੱਥੇ ਇੱਕ ਕਾਰ ਨੂੰ ਰੋਕਣਾ ਚਾਹਿਆ ਤਾਂ ਕਾਰ ਨਹੀਂ ਰੁਕੀ ਜਦੋਂ ਕਿ ਇਸ ਦੌਰਾਨ ਕਾਰ ਸਵਾਰਾਂ ਨੇ ਪੁਲਿਸ ਮੁਲਾਜ਼ਮ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਇੱਕ ਕਰਮਚਾਰੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਘਟਨਾ ਰਾਤ 10 ਵਜੇ ਦੀ ਦੱਸੀ ਜਾ ਰਹੀ ਹੈ ਪੁਲਿਸ ਨੇ ਮੁਲਾਜ਼ਮਾਂ ਦਾ ਪਿੱਛਾ ਕਰਕੇ ਗੱਡੀ ਨੂੰ ਤਾਂ ਕਾਬੂ ਕਰ ਲਿਆ ਪਰ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ ਕੜਨਾ ਦੀ ਜਾਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਿਸ ਮੁਖੀ ਧਰਮਨ ਐਚ ਨਿਬਾਲੇ ਸਮੇਤ ਡੀਐਸਪੀ ਪੱਟਿਕੁਲ ਜੰਦਰ ਸਿੰਘ ਥਾਣਾ ਮੁਖੀ ਲਖਬੀਰ ਸਿੰਘ ਸਮੇਤ ਵਾਕਵਾ ਕਟਾਣਿਆਂ ਦੀ ਪੁਲਿਸ ਪੁੱਜੀ ਕਿਸਾਨਾਂ ਦਾ ਪ੍ਰਦਰਸ਼ਨ ਨੂੰ ਦੇਖਦੇ ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਲਈ ਸੁਰੱਖਿਆ ਅਲਰਟ ਅਮਰੀਕਾ ਨੇ ਬੁੱਧਵਾਰ ਨੂੰ ਭਾਰਤ ਤੋਂ ਆਉਣ ਵਾਲੇ ਨਾਗਰਿਕਾਂ ਲਈ ਸਲੱਖਿਆ ਅਲਰਟ ਕੀਤਾ ਜਿਸ ਦੇ ਵਿੱਚ ਨਵੀਂ ਦਿੱਲੀ ਜੋ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਚੋ ਆਪਣੀ ਸੁਰੱਖਿਆ ਲਈ ਕਦਮ ਚੁੱਕਣ ਦੇ ਨਾਲ-ਨਾਲ ਪ੍ਰਮੁੱਖ ਖੇਤਰਾ ਪੀੜ ਪ੍ਰਦਰਸ਼ਨਾਂ ਤੋਂ ਬਚਣ ਦੀ ਸਲਾਹ ਦਿੱਤੀ ਕਿਸਾਨੀ ਯੂਨੀਅਨ ਨੇ ਕਿਹਾ ਕਿ ਸੰਸਦ ਦੇ ਮਾਨਸੂਨ ਸੈਸ਼ਨ ਦੇ ਦੌਰਾਨ ਜੰਤਰ ਮੰਤਰ ਦੇ ਕਿਸਾਨ ਸੰਸਦ ਨੂੰ ਅਯੋਜਨ ਕਰਨਗੇ 22 ਜੁਲਾਈ ਤੋਂ ਪ੍ਰਤੀ ਦਿਨ ਸਿੰਘੂ ਬਾਟਰ ਤੋਂ ਦੋਸਤੋ ਪ੍ਰਦਰਸ਼ਨ ਕਾਰੀ ਉੱਥੇ ਪਹੁੰਚਣਗੇ ਕਿਸਾਨ ਸੰਗਠਨਾ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਤੇ ਐਮਐਸਪੀ ਕਾਨੂੰਨ ਦੀ ਗਾਰੰਟੀ ਨੂੰ ਲੈ ਕੇ ਮੰਗ ਤੇ ਹੜੇ ਹਨ ਭੀੜ ਉੱਤੇ ਪ੍ਰਦਰਸ਼ਨ ਤੋਂ ਉਹਨਾਂ ਨੇ ਬਚਣ ਦੀ ਸਲਾਹ ਦਿੱਤੀ ਹੋਈ ਹੈ 13 ਅਗਸਤ ਤੱਕ ਚੱਲੇਗਾ ਕਿਸਾਨਾਂ ਦਾ ਸੰਸਦ ਦੇ ਅੱਗੇ ਪ੍ਰਦਰਸ਼ਨ ਕੁਲਜੀਤ ਨਾਗਰਾ ਮਿਲਣਾ ਚਾਹੁੰਦੇ ਕੈਪਟਨ ਅਮਰਿੰਦਰ ਨੂੰ ਮੰਗਿਆ ਸਮਾਂ ਕੁਲਜੀਤ ਨਾਗਰਾ ਨੂੰ ਪੰਜਾਬ ਕਾਂਗਰਸ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਨਾਗਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਆਸ਼ੀਰਵਾਦ ਲੈਣਾ ਚਾਹੁੰਦੇ ਹਨ ਇਸ ਲਈ ਉਹਨਾਂ ਨੇ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 빅 ਬ੍ਰੇਕਿੰਗ ਨਿਊਜ਼ ਆ ਦੇਸ਼ ਭਰ ਦੇ ਵਿੱਚ ਅਗਲੇ 4 ਦਿਨ ਭਾਰੀ بارش ਦੀ ਸੰਭਾਵਨਾ ਮੌਸਮ ਵਿਭਾਗ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਅਗਲੇ 4 ਦਿਨਾਂ ਦਾ ਅਲਰਟ ਕੀਤਾ ਹੈ। ਕਈ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਕਈ ਥਾਵਾਂ ਲਈ ਜੈਲੋ ਅਲਰਟ ਜਾਰੀ ਕੀਤਾ ਹੈ। 22 ਜੁਲਾਈ ਨੂੰ ਕੋਕਣ ਅਤੇ ਗੋਆ ਦੇ ਕੁਝ ਇਲਾਕਿਆਂ ਵਿੱਚ ਬਰਸਾਤ ਸਿੱਕੜ ਤੇ ਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਪਿਛਲੇ 2 ਦਿਨਾਂ ਤੋਂ ਬਦਲਵਾਈ ਬਣੀ ਹੋਈ ਹੈ। ਕਿਤੇ ਕਿਤੇ ਭਾਰੀ ਮੀਂਹ ਪਿਆ ਇਸ ਤੋਂ ਇਲਾਵਾ ਪੰਜਾਬ ਦੇ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ 23 ਜੁਲਾਈ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਮੋਬਾਈਲ ਚ ਉਪਾਰੀ ਪਾਰਸ਼ ਦੀ ਭਵਿੱਖਬਾਨੀਆਂ ਦੱਖਣੀ ਤਾਮਿਲਨਾਡੂ ਦੇ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀ ਚੇਤਾਵਨੀ ਆ ਸਰਵਸ ਠੀਕ ਨਾ ਹੋਣ ਤੇ ਬਦਲ ਸਕਦੇ ਉਹ ਗੈਂਸ ਘਰੇਲੂ ਏਜੰਸੀ ਅ ਘਰੇਲੂ ਏਜੰਸੀਆਂ ਦੀ ਮਨਮਰਜ਼ੀ ਤੇ ਲੋਕਾਂ ਨੂੰ ਮਿਲੇਗੀ ਰਾਹਤ ਸੋ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇਹ ਵੀ ਬੈਗ ਬ੍ਰੇਕਿੰਗ ਨਿਊਜ਼ ਹੀ ਕਾਊਂਟ ਕਰਦੇ ਆਪਾਂ ਸੋ ਇੱਕ ਸਰਵਸ ਠੀਕ ਨਾ ਹੋਣ ਤੇ ਤੁਸੀਂ ਆਪਣੀ ਕਰੇਲੂ ਐਲਪੀਜੀ ਗਾਹਕ ਨੂੰ ਵੱਡੀ ਰਾਹਤ ਦਿੱਤੀ ਹੈ ਕੰਪਨੀ ਦੀ ਸਹੂਲਤ ਤੋਂ ਤਸਤ ਨਹੀਂ ਤਾਂ ਤੁਸੀਂ ਦੂਜੀ ਏਜੰਸੀ ਦੇ ਵਿੱਚ ਆਪਣਾ ਟਰਾਂਸਫਰ ਕਨੈਕਸ਼ਨ ਕਰਾ ਸਕਦੇ ਹੋ 29 ਗਾ ਕਰੋੜ ਗਾਹਕ ਸਿਰਫ ਤਿੰਨ ਕੰਪਨੀਆਂ ਨੇ ਆਨਲਾਈਨ ਬੁਕਿੰਗ ਦੇ ਸਮੇਂ ਏਜੰਸੀ ਨੂੰ ਚੁਲਣ ਦੀ ਸਹੂਲਤ ਮਿਲਦੀ ਹੈ ਪੰਜਾਬੀ ਪਹਿਲਵਾਨ ਨੇ ਜਿੱਤਿਆ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗਮਾ ਕੁਸ਼ਤੀ ਦੇ ਖੇਤਰ ਵਿੱਚ ਦੇਸ਼ ਦੇ ਲੰਬੇ ਸਮੇਂ ਤੋਂ ਬਾਣਮਣੇ ਰੁਸਤਮ ਹਿੰਦ ਕੇਸਰ ਅਖਾੜਾ ਪਟਿਆਲਾ ਦੇ ਪਹਿਲਵਾਨ ਜਸਕਰਨ ਸਿੰਘ ਨੇ ਹੰਗਰੀ ਵਿੱਚ ਵਿਸ਼ਵ ਸਭ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਚਲਦੀ ਕਾਰ ਬਣ ਗਈ ਅੱਗ ਦਾ ਗੋਲਾ ਪਿਓ ਪੁੱਤ ਨੇ ਛਾਲ ਮਾਰ ਕੇ ਬਚਾਈ ਜਾਨ ਹਰਿਆਣਾ ਤੋਂ ਖਬਰ ਆ ਰਹੀ ਹੈ ਜਿੱਥੇ ਰਾਜ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਹੰਬੜੀ ਤੇ ਸਿਕੰਦਰ ਖੇੜੀ ਰੋਡ ਤੇ ਇੱਕ ਚਲਦੀ ਕਾਰ ਨੂੰ ਅੱਗ ਲੱਗੀ ਘਟਨਾ ਚਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਅਗਲੀ ਵੱਡੀ ਖਬਰ ਹੈ ਜੀ ਸੂਬਾ ਕਾਂਗਰਸ ਕਮੇਟੀ ਲਈ ਸਿੱਧੂ ਕੈਪਟਨ ਨਾਲ ਮੀਟਿੰਗ ਕਰਨਗੇ ਹਰੀਸ਼ रावत ਸੋ ਇਹ ਵੀ ਬਿੱਗ ਬ੍ਰੇਕਿੰਗ ਨਿਊਜ਼ ਆ ਪੰਜਾਬ ਕਾਂਗਰਸ ਤੋਂ ਨਾਮ ਨਿਯੁਕਤ ਕੀਤੇਗਾ ਪ੍ਰਧਾਨ ਨਵਜੋਤ ਸੇਦੂ ਦੀ ਕਲ ਨੂੰ 23 ਜੁਲਾਈ ਨੂੰ ਤੇਜ਼ ਤਾਜਪੋਚੀ ਹੋ ਰਹੀ ਆ ਪਰ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਜਿਹੜੇ ਸੂਬਾ ਪ੍ਰਧਾਨ ਨੇ ਉਹ ਕੈਪਟਨ ਮਰਿੰਦਰ ਸਿੰਘ ਦੇ ਨਾਲ ਗੱਲਬਾਤ ਕਰਨਗੇ ਹਰੀਸ਼ रावत ਦੋਸਤੋ ਇਹ ਸਨ ਸੂਬੇ ਪੰਜਾਬ ਦੀ ਆਮ ਆਦਿਕਾ ਸਬਸਕਰਾਈਬਰਾਂ ਧੰਨਵਾਦ